ਅੰਬਾਲਾ ਨਗਰ ਨਿਗਮ ਦੀ ਬਜਟ ਮੀਟਿੰਗ 'ਚ ਵੀ ਨਿਗਮ ਅਧਿਕਾਰੀਆਂ ਦੇ ਪਿਛਲੇ ਵਾਅਦੇ ਪੂਰੇ ਨਾ ਹੋਣ ਦੇ ਕਾਰਨ ਮੀਟਿੰਗ 'ਚ ਕਾਫੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ। ਹੰਗਾਮੇਦਾਰ ਮੀਟਿੰਗ 'ਚ ਨਿਗਮ ਨੇ 105 ਕਰੋੜ ਦਾ ਬਜਟ ਅੰਬਾਲਾ ਦੇ ਲਈ ਪਾਸ ਕੀਤਾ ਹੈ। ਆਜ ਕਾ ਜੋ ਹਮਾਰਾ ਬਜਟ ਕਾ ਬਜਟ 105 ਕਰੋੜ ਰੁਪਏ ਦਾ ਪਾਸ ਹੁਆ, ਬੜਾ ਇੱਕ ਸੰਤੁਸ਼ਟੀਜਨਕ ਪਾਸ ਹੁਆ। ਮੇਰੇ ਖਿਆਲ ਤੋਂ ਇਸਮੇ ਕਿਸੇ ਵੀ ਪਾਰਸ਼ਦ ਨੇ ਵਿਰੋਧ ਨਹੀਂ ਕਰਾ। ਬਾਕੀ ਜੋ ਇੱਕ ਦੋ ਚਾਰ ਬਾਤੇ ਪਾਰਸ਼ਦ ਨੇ ਆਪਣੀ ਰੱਖੀ ਹੈ, ਉਸਕੇ ਲਈ ਕੋਈ ਸੰਜਮ ਥਾ। ਆਜ ਜੋ ਮੀਟਿੰਗ ਥੀ ਵੋ ਬਜਟ ਕੀ ਥੀ, ਬਜਟ ਬਹੁਤ ਹੀ 105 ਕਰੋੜ ਰੁਪਏ ਕਾ ਸੰਤੁਸ਼ਟੀਜਨਕ ਪਾਸ ਹੁਆ। ਅੰਬਾਲਾ ਤੋਂ BS ਕਲਿਆਣ ਦੀ ਰਿਪੋਰਟ, ਚੈਨਲ 2।